ਪਠਾਨਕੋਟ ਵਾਸੀਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ। ਸਾਰੇ ਹੀ ਪਠਾਨਕੋਟ ਵਾਸੀਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ। ਮੈਂ ਡਿਪਟੀ ਕਮਿਸ਼ਨਰ ਪਠਾਨਕੋਟ ਬੋਲ ਰਿਹਾ। ਅਸੀਂ ਹਰ ਹਫ਼ਤੇ ਹੁਣ ਸਰਕਾਰ ਵੱਲੋਂ ਵੀ ਹਦਾਇਤਾਂ ਹੈ ਕਿ ਆਪਣੇ ਆਪਣੇ ਜ਼ਿਲ੍ਹੇ ਦੇ ਵਿੱਚ ਸਾਰੇ ਲੋਕਾਂ ਨੂੰ ਹਫ਼ਤਾਵਾਰ ਇੱਕ ਤਾਂ ਆਪਣੇ ਜ਼ਿਲ੍ਹੇ ਬਾਰੇ ਦੱਸ ਦਈਏ ਵੀ ਕੋਵਿਡ-19 ਦਾ ਸਟੇਟਸ ਕੀ ਹੈ, ਹੁਣ ਤੱਕ ਅਸੀਂ ਕਿਸ ਸਥਿਤੀ ਦੇ ਵਿੱਚ ਹਾਂ, ਔਰ ਲੋਕਾਂ ਦਾ ਜਿਹੜਾ ਸਹਿਯੋਗ ਮਿਲ ਰਿਹਾ ਹੈ, ਔਰ ਵਾਰ ਵਾਰ ਉਹਨਾਂ ਨੂੰ ਜਿਹੜੀ ਇਹ ਯਾਦ ਕਰਾਉਣਾ ਕਿ ਇਸ ਲੜਾਈ ਦੇ ਵਿੱਚ ਉਹਨਾਂ ਨੂੰ ਦਾ ਸੁਚੇਤ ਰਹਿਣਾ ਕਿੰਨਾ ਜ਼ਰੂਰੀ ਹੈ। ਸੋ ਉਸ ਲੜੀ 'ਚ ਅਸੀਂ ਤਕਰੀਬਨ ਹਰ ਹਫ਼ਤੇ ਹੁਣ ਤੁਹਾਡੇ ਨਾਲ ਜਿਹੜਾ ਹੈ ਸੰਪਰਕ ਲਾਈਵ ਹੋ ਕੇ ਕਰਿਆ ਕਰਾਂਗੇ। ਸੋ ਹੁਣ ਸਭ ਤੋਂ ਪਹਿਲਾਂ ਜਿਸ ਤਰ੍ਹਾਂ ਮੈਂ ਪਿਛਲੀ ਵਾਰੀ ਕੁਝ ਸਟੇਟਸ ਦੱਸਿਆ ਸੀ ਕਿ ਕੋਵਿਡ-19 ਦਾ ਪਠਾਨਕੋਟ ਜ਼ਿਲ੍ਹੇ ਦਾ ਕੀ ਸਟੇਟਸ ਹੈ, ਉਹ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਚਾਹਾਂਗਾ। ਹੁਣ ਤੱਕ ਅਸੀਂ ਪਠਾਨਕੋਟ 'ਚ ਤਕਰੀਬਨ 12,000 ਸੈਂਪਲਸ ਜਿਹੜੇ ਹੈ ਲੈ ਚੁੱਕੇ ਹਾਂ, ਔਰ ਜਿਹਦੇ ਵਿੱਚੋਂ ਤਕਰੀਬਨ 11,500 ਦੇ ਲਾਗੇ ਛਾਗੇ ਜਿਹੜੇ ਸੈਂਪਲਸ ਨੇ ਬਿਲਕੁਲ ਠੀਕ ਠਾਕ ਹੈਗੇ ਨੇ, ਔਰ ਉਹਨਾਂ ਦੇ ਵਿੱਚੋਂ 294 ਕੇਸਿਸ ਸਾਨੂੰ ਪੋਜ਼ਿਟਿਵ ਮਿਲੇ ਹੈ। ਔਰ ਇਹਦੇ ਵਿੱਚ ਖੁਸ਼ੀ ਵਾਲੀ ਗੱਲ ਇਹ ਹੈ ਕਿ 294 ਕੇਸਿਸ ਦੇ ਵਿੱਚੋਂ ਸਾਡੇ 245 ਜਿਹੜੇ ਮਰੀਜ਼ ਨੇ ਉਹ ਬਿਲਕੁਲ ਠੀਕ ਠਾਕ ਤੰਦਰੁਸਤ ਹੋ ਕੇ ਵਾਪਸ ਜਾ ਚੁੱਕੇ ਨੇ, ਔਰ ਅਨਫੋਰਚੁਨੇਟਲੀ 10 ਡੈਥਸ ਸਾਡੀਆਂ ਪਠਾਨਕੋਟ ਜ਼ਿਲ੍ਹੇ ਵਿੱਚ ਹੋਈਆਂ ਨੇ, ਔਰ ਇਸ ਵੇਲੇ ਮੌਕੇ 'ਤੇ 39 ਕੇਸਿਸ ਜਿਹੜੇ ਨੇ ਉਹ ਐਕਟਿਵ ਚੱਲ ਰਹੇ ਹੈਗੇ ਨੇ, ਜਿਨ੍ਹਾਂ ਦੇ ਵਿੱਚੋਂ 29 ਕੇਸਿਸ ਇਸ ਵੇਲੇ ਸਾਡੇ ਕੋਲ ਪਠਾਨਕੋਟ 'ਚ ਹੀ ਹੈਗੇ ਨੇ, 10 ਕੇਸਿਸ ਵੱਖ ਵੱਖ ਹਸਪਤਾਲਾਂ ਜਿਸ ਤਰ੍ਹਾਂ ਕੁਝ ਜਲੰਧਰ ਕੁਝ ਅੰਮ੍ਰਿਤਸਰ 'ਚ ਦਾਖਲ ਹੈਗੇ ਨੇ, ਔਰ ਇਹਨਾਂ ਦੇ ਵਿੱਚ ਵੀ ਸਾਡੇ 2 ਪੇਸ਼ੈਂਟ ਨੇ ਜਿਨ੍ਹਾਂ ਨੂੰ ਅਸੀਂ ਆਕਸੀਜਨ 'ਤੇ ਇਸ ਵੇਲੇ ਰੱਖਿਆ, ਬਾਕੀ ਸਾਰੇ ਪੇਸ਼ੈਂਟਸ ਬਿਲਕੁਲ ਠੀਕ ਠਾਕ ਨੇ। ਸੋ ਇਹਦੇ 'ਚ ਜ਼ਿਆਦਾ ਸਾਹ ਦੀ ਤਕਲੀਫ ਕਈ ਵਾਰੀ ਕੁਛ ਲੋਕ ਮਹਿਸੂਸ ਕਰਦੇ ਨੇ, ਅਤੇ ਉਹਨਾਂ ਨੂੰ ਅਸੀਂ ਸਪੈਸ਼ਲੀ ਆਕਸੀਜਨ ਜਿਹੜੀ ਹੈ ਬੈਡਸ ਵਗੈਰਾ ਹੈ ਰੱਖੇ ਨੇ ਉਹਨਾਂ ਦੇ ਉੱਤੇ ਉਹਨਾਂ ਨੂੰ ਲੈ ਕੇ ਜਾਈਦਾ, ਪਰ ਉਹ ਵੀ ਆਫਟਰ ਗਿਵਿੰਗ ਸਮ ਆਕਸੀਜਨ ਜਦੋਂ ਰਿਲੀਫ ਮਹਿਸੂਸ ਕਰ ਲੈਂਦੇ ਨੇ ਅਤੇ ਅਸੀਂ ਉਹਨਾਂ ਨੂੰ ਜਿਹੜਾ ਹੈ ਫਿਰ ਦੁਬਾਰਾ ਪ੍ਰੋਪਰ ਸ਼ਿਫਟ ਕਰ ਲਈਦਾ ਹੈ ਨੋਰਮਲ ਵਾਰਡਸ ਦੇ ਵਿੱਚ। ਸੋ ਇਹਦੇ ਵਿੱਚ ਆਪਣਾ ਇਸ ਵੇਲੇ ਬੜਾ ਅੱਛਾ ਢੰਗ ਨਾਲ ਲੋਕਾਂ ਦਾ ਇਲਾਜ ਚਿੰਤਪੁਰਨੀ ਚੱਲ ਰਿਹਾ, ਔਰ ਸਾਡੇ ਕੋਲ ਉੱਥੇ ਜਿਸ ਤਰ੍ਹਾਂ ਮੈਂ ਪਹਿਲਾਂ ਦੱਸਿਆ ਸੀ ਆਪਣੇ ਕੋਲ ਤਕਰੀਬਨ ਕਾਫੀ ਬੈਡਸ ਦੀ ਉੱਥੇ ਫੈਸਿਲਿਟੀ ਇਸ ਵੇਲੇ ਹੈਗੀ ਹੈ, ਜਿਸ ਤਰ੍ਹਾਂ ਨੰਬਰ ਆਫ ਪੇਸ਼ੈਂਟਸ ਹੈ ਜਿੰਨੇ ਆ ਰਹੇ ਨੇ ਉਹਦੇ ਤਕਰੀਬਨ ਬਰਾਬਰ ਦੇ ਪੇਸ਼ੈਂਟਸ ਹੀ ਸਾਡੇ ਠੀਕ ਹੋ ਕੇ ਵਾਪਸ ਚਲੇ ਜਾਂਦੇ ਨੇ। ਸੋ ਇਸ ਕਰਕੇ ਕਿਸੇ ਕਿਸਮ ਦੀ ਇਸ ਵੇਲੇ ਤੱਕ ਕੋਈ ਬਹੁਤ ਜ਼ਿਆਦਾ ਚਿੰਤਾ ਵਾਲੀ ਗੱਲ ਨਹੀਂ ਹੈ, ਲੇਕਿਨ ਫਿਰ ਵੀ ਅਸੀਂ ਪੂਰਾ ਜ਼ੋਰ ਇਹੀ ਲਗਾ ਰਹੇ ਹਾਂ ਕਿ ਆਪਣੇ ਨੰਬਰ ਆਫ ਕੇਸਿਸ ਜਿੰਨੇ ਘੱਟ ਤੋਂ ਘੱਟ ਰਹਿਣ ਔਰ ਤੇਜ਼ੀ ਨਾਲ ਨਾ ਵਧਣ, ਇਹੀ ਜ਼ੋਰ ਹੈ, ਕਿਉਂਕਿ ਕਾਫੀ ਜ਼ਿਲ੍ਹਿਆਂ ਦੇ ਵਿੱਚ ਅਸੀਂ ਦੇਖ ਰਹੇ ਹਾਂ ਕਿ ਨੰਬਰ ਜਿਹੜਾ ਹੈ ਕਾਫੀ ਤੇਜ਼ੀ ਨਾਲ ਵੱਧ ਰਿਹਾ, ਔਰ ਇਸ ਚੀਜ਼ ਨੂੰ ਪਠਾਨਕੋਟ ਵਾਸੀਆਂ ਨੂੰ ਵੀ ਧਿਆਨ 'ਚ ਰੱਖਣਾ ਪੈਣਾ। ਟ੍ਰੈਂਡ ਜਿਹੜਾ ਹੈ ਕੋਵਿਡ-19 ਦਾ, ਅਸੀਂ ਜਦੋਂ ਸਾਰਾ ਸਟੱਡੀ ਕੀਤਾ ਹੈ, ਅਰਬਨ ਅਤੇ ਰੂਰਲ ਏਰੀਆਜ਼ ਨੂੰ ਅਸੀਂ ਸਟੱਡੀ ਕਰਕੇ ਦੇਖਿਆ, ਤਕਰੀਬਨ ਸਾਡੇ ਜਿਹੜੇ ਹੈਗੇ ਨੇ ਅਰਬਨ ਦੇ ਵਿੱਚ 210 ਦੇ ਕਰੀਬ ਕੇਸਿਸ ਸਾਡੇ ਜਿਹੜੇ ਨੇ ਅਰਬਨ ਪੋਕਿਟਸ 'ਚ ਆਏ ਨੇ, ਔਰ 85 ਦੇ ਲਾਗੇ ਛਾਗੇ ਕੇਸਿਸ ਸਾਡੇ ਰੂਰਲ ਪੋਕਿਟਸ 'ਚ ਰਿਪੋਰਟ ਹੋਏ ਨੇ। ਸੋ ਇਹ ਤੋਂ ਬੜਾ ਕਲੀਅਰ ਹੈ ਕਿ ਕੋਵਿਡ-19 ਦਾ ਜਿਹੜਾ ਅਰਬਨ ਏਰੀਆਜ਼ ਦੇ ਵਿੱਚ ਪੋਕਿਟਸ ਦੇ ਵਿੱਚ ਫੈਲਾਅ ਜ਼ਿਆਦਾ ਹੈ, ਸੋ ਉੱਥੇ ਜ਼ਿਆਦਾ ਧਿਆਨ ਦੇਣ ਦੀ ਲੋੜ ਹੈ, ਪਿੰਡਾਂ 'ਚ ਵੀ ਲੋੜ ਹੈ, ਲੇਕਿਨ ਅਰਬਨ ਏਰੀਆ ਖਾਸ ਕਰਕੇ ਉਹ ਮੁਹੱਲੇ ਜਾਂ ਜਿੱਥੇ ਬਹੁਤ ਭੀੜ ਹੁੰਦੀ ਹੈ ਉਹਨਾਂ ਥਾਵਾਂ 'ਤੇ ਬਹੁਤ ਆਪਾਂ ਨੂੰ ਸੁਚੇਤ ਰਹਿਣ ਦੀ ਸਾਰਿਆਂ ਨੂੰ ਲੋੜ ਹੈਗੀ ਹੈ। ਹੁਣ ਇਸ ਵੇਲੇ ਅਸੀਂ ਕੀ ਕਰ ਰਹੇ ਹਾਂ ਕਿ ਜਦੋਂ ਵੀ ਕੇਸਿਸ ਰਿਪੋਰਟ ਹੁੰਦੇ ਨੇ, ਅਸੀਂ ਸਾਡੀ ਸਟ੍ਰੈਟੇਜੀ ਹੈ ਵੀ ਜਿੱਥੇ ਵੀ 10 ਤੋਂ ਵੱਧ ਕੇਸ ਇੱਕ ਥਾਂ ਦੇ ਉੱਤੇ ਜਾਂ ਇੱਕ ਗਲੀ 'ਚ ਆ ਜਾਂਦੇ ਨੇ, ਅਸੀਂ ਉੱਥੇ ਮਾਈਕਰੋ ਕੰਟੇਨਮੈਂਟ ਜ਼ੋਨ ਬਣਾਉਂਦੇ ਹਾਂ। ਉਹਦਾ ਮਤਲਬ ਇਹ ਹੈ ਕਿ ਉਸ ਏਰੀਏ ਨੂੰ ਅਸੀਂ ਬਾਕੀ ਏਰੀਆ ਨਾਲੋਂ ਥੋੜ੍ਹਾ ਕੱਟ ਆਫ ਕਰਕੇ ਉੱਥੇ ਰਿਸਟ੍ਰਿਕਸ਼ਨਸ ਲਾ ਦਿੰਦੇ ਹਾਂ, ਔਰ ਉੱਥੇ ਚੰਗੀ ਤਰ੍ਹਾਂ ਨਾਲ ਸਰਵੇ ਕਰਦੇ ਹਾਂ, ਸੈਂਪਲਿੰਗ ਕਰਦੇ ਹਾਂ, ਔਰ ਉੱਥੋਂ ਦੇ ਲੋਕਾਂ ਨੂੰ ਅਸੀਂ ਦੂਸਰੇ ਲੋਕਾਂ ਨਾਲੋਂ ਮਿਲਣ ਗਿਲਣ 'ਚ ਜਿਹੜਾ ਹੈ ਅਸੀਂ ਕੋਸ਼ਿਸ਼ ਕਰਦੇ ਹਾਂ ਵੀ ਉਹਨਾਂ ਦਾ ਆਪਸ ਮੇਲ ਮਿਲਾਪ ਘੱਟ ਹੋਵੇ। ਸੋ ਇਸ ਵੇਲੇ ਸੁੰਦਰ ਨਗਰ ਦੇ ਵਿੱਚ ਸਾਡੇ ਕੋਲ ਪਠਾਨਕੋਟ 'ਚ ਸਾਡਾ ਕੰਟੇਨਮੈਂਟ ਜ਼ੋਨ ਜਿਹੜਾ ਮਾਈਕਰੋ ਕੰਟੇਨਮੈਂਟ ਜ਼ੋਨ ਇਸ ਵੇਲੇ ਚੱਲ ਰਿਹਾ ਹੈ, ਔਰ ਉਹ ਅਸੀਂ ਹੁਣ ਦੇਖਾਂਗੇ, ਕਿਉਂਕਿ ਉੱਥੇ ਇੱਕੋ ਹੀ ਪਰਿਵਾਰ ਦੇ 8 ਕੇਸਿਸ ਆਏ ਸੀ, ਔਰ ਇਸ ਕਰਕੇ ਸਾਨੂੰ ਉੱਥੇ ਮਾਈਕਰੋ ਕੰਟੇਨਮੈਂਟ ਜ਼ੋਨ ਬਣਾਉਣਾ ਪਿਆ ਹੈ। ਜਿੱਥੋਂ ਤੱਕ ਸਵਾਲ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਮਾਨਯੋਗ ਸੀਐਮ ਸਾਹਿਬ ਵੱਲੋਂ, ਪੰਜਾਬ ਸਰਕਾਰ ਵੱਲੋਂ
ਇਸ ਲੜਾਈ ਨੂੰ ਲੈ ਕੇ ਮਿਸ਼ਨ ਫਤਿਹ ਲਾਂਚ ਕੀਤਾ ਹੋਇਆ ਹੈ ਔਰ ਉਸ ਮਿਸ਼ਨ ਫਤਿਹ ਦੇ ਵਿੱਚ ਉਹਦਾ ਮੇਨ ਮਕਸਦ ਹੀ ਹੈ ਕਿ ਲੋਕਾਂ ਦੀ ਕਿੰਨੀ ਪਾਰਟੀਸਪੇਸ਼ਨ ਅਸੀਂ ਨਾਲ ਲੈਣੀ ਬਿਕੋਜ਼ ਇਹ ਲੜਾਈ ਇਕੱਲੀ ਨਾ ਤਾਂ ਸਰਕਾਰ ਦੀ ਹੈ ਨਾ ਇਕੱਲੀ ਪ੍ਰਸ਼ਾਸਨ ਦੀ ਹੈ ਇਹ ਲੜਾਈ ਆਪਣੀ ਸਾਰਿਆਂ ਦੀ ਸਾਂਝੀ ਔਰ ਲੋਕਾਂ ਦੀ ਜਿਹੜੀ ਹੈ ਸ਼ਮੂਲੀਅਤ ਨਾਲ ਜਿੱਤਣ ਵਾਲੀ ਲੜਾਈ ਹੈ ਬੜੀ ਖੁਸ਼ੀ ਦੀ ਗੱਲ ਹੈ ਕਿ ਕਾਫੀ ਲੋਕਾਂ ਨੇ ਪਠਾਨਕੋਟ ਚ ਇਹਨੂੰ ਰਿਸਪੋਂਸ ਦਿੱਤਾ ਤਕਰੀਬਨ 18,923 ਦੇ ਕਰੀਬ ਲੋਕਾਂ ਨੇ ਇਸ ਮਿਸ਼ਨ ਚ ਪਾਰਟੀਸਪੇਟ ਕੀਤਾ ਔਰ 5,000 ਦੇ ਕਰੀਬ ਆਪਣੀਆਂ ਫੋਟੋਜ਼ ਵਗੈਰਾ ਅਪਲੋਡ ਕਰਕੇ 3 ਗੋਲਡ ਵਿਨਰਸ ਆਪਣੇ ਜ਼ਿਲ੍ਹੇ ਚ ਹੋਏ ਨੇ ਜਿਨ੍ਹਾਂ ਨੇ ਗੋਲਡ ਦਾ ਸਰਟੀਫਿਕੇਟ ਮਾਨਯੋਗ ਸੀਮ ਸਾਹਿਬ ਦੇ ਸੈਨਾ ਹੇਠ ਹਾਸਲ ਕੀਤਾ 4 ਸਿਲਵਰ ਸਰਟੀਫਿਕੇਟਸ 31 ਬ੍ਰੌਂਜ ਸਰਟੀਫਿਕੇਟਸ ਜਿਹੜੇ ਹੈਗੇ ਆ ਉਹਨਾਂ ਨੂੰ ਮਿਲੇ ਆ ਸੋ ਇਸ ਤਰੀਕੇ ਨਾਲ ਪਠਾਨਕੋਟ ਦੇ ਹਿੱਸੇ 38 ਸਰਟੀਫਿਕੇਟਸ ਆਏ ਨੇ ਔਰ ਜਿਨ੍ਹਾਂ ਨੇ ਮਿਹਨਤ ਨਾਲ ਇਹ ਸਰਟੀਫਿਕੇਟ ਹਾਸਲ ਕੀਤੇ ਨੇ ਮੈਂ ਉਹਨਾਂ ਨੂੰ ਵੀ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਔਰ ਹੋਰਾਂ ਨੂੰ ਵੀ ਲੋਕਾਂ ਨੂੰ ਅਪੀਲ ਕਰਦਾ ਕਿ ਆਪਾਂ ਵੀ ਇਸ ਲੜਾਈ ਚ ਵੱਧ ਚੜ ਕੇ ਹਿੱਸਾ ਲਈਏ ਔਰ ਸਾਰਿਆਂ ਦਾ ਜਿਹੜਾ ਹੈ ਸਹਿਯੋਗ ਇਹਦੇ ਚ ਲੋੜੀਂਦਾ ਹੈਗਾ ਦੂਸਰਾ ਇਹਦੇ ਵਿੱਚ ਸਭ ਤੋਂ ਇੰਪੋਰਟੈਂਟ ਫੈਕਟਰ ਇਹ ਹੈ ਕਿ ਜਿਹੜੇ ਲੋਕ ਹੁਣ ਬਾਹਰੋਂ ਆ ਰਹੇ ਨੇ ਕੋਈ ਦਿੱਲੀ ਤੋਂ ਆ ਰਿਹਾ ਹੈ ਕੋਈ ਫੋਰਨ ਕੰਟਰੀ ਤੋਂ ਆ ਰਿਹਾ ਹੈ ਉਹਨਾਂ ਨੂੰ ਟਰੈਕ ਕਰਨਾ ਤਾਂ ਕਿ ਕਿਤੇ ਉਹ ਆਪਣੇ ਨਾਲ ਬਿਮਾਰੀ ਤੇ ਨਹੀਂ ਲੈ ਕੇ ਆ ਰਹੇ ਔਰ ਜੇ ਲੈ ਕੇ ਆ ਰਹੇ ਨੇ ਤੇ ਸਾਡੇ ਕਿਤੇ ਜਿਹੜੇ ਇੱਥੋਂ ਦੇ ਲੋਕਲ ਪਰਿਵਾਰ ਨੇ ਕਿਤੇ ਉਹਨਾਂ 'ਚ ਤੇ ਟਰਾਂਸਮਿਟ ਨਹੀਂ ਹੋ ਰਹੀ ਆਪਣੇ ਪਰਿਵਾਰ ਵਾਲਿਆਂ ਨੂੰ ਤੇ ਨਹੀਂ ਉਹ ਟਰਾਂਸਮਿਟ ਕਰ ਰਹੇ ਉਹਦੇ ਲਈ ਸਾਡਾ ਕੁਆਰੰਟਾਈਨ ਦੀ ਜਿਹੜੀ ਵਿਵਸਥਾ ਹੈ ਉਹ ਬੜੀ ਇੰਪੋਰਟੈਂਟ ਹੈ ਔਰ ਮੈਂ ਦੱਸਣਾ ਚਾਹਾਂਗਾ ਕਿ ਇਸ ਵੇਲੇ ਤਕਰੀਬਨ ਸਾਡੇ 642 ਐਕਟਿਵ ਕੁਆਰੰਟਾਈਨ ਕੇਸਿਸ ਚੱਲ ਰਹੇ ਨੇ ਜਿਨ੍ਹਾਂ ਨੂੰ ਅਸੀਂ ਮੋਨੀਟਰ ਕਰਦੇ ਹਾਂ ਔਰ ਤਕਰੀਬਨ 5,000 ਤੋਂ ਉੱਤੇ ਲੋਕ ਆਪਣਾ ਕੁਆਰੰਟਾਈਨ ਪੀਰੀਅਡ ਪੂਰਾ ਕਰ ਚੁੱਕੇ ਹੈ ਕੁਆਰੰਟਾਈਨ ਦਾ ਮਤਲਬ ਇਹ ਹੁੰਦਾ ਹੈ ਕਿ ਅਸੀਂ 14 ਦਿਨ ਵਾਸਤੇ ਉਹਨਾਂ ਦੇ ਉੱਪਰ ਸਰਵੇਲੈਂਸ ਰੱਖਦੇ ਹਾਂ ਕਿ ਜਦੋਂ ਤੋਂ ਬਾਹਰ ਆਏ ਨੇ ਉਹਨਾਂ ਨੂੰ ਕੋਈ ਐਸੇ ਕੋਵਿਡ ਦੇ ਲੱਛਣ ਤੇ ਨਹੀਂ ਪੈਦਾ ਹੁੰਦੇ ਔਰ ਉਹ ਆਪਣੇ ਜ਼ਿਆਦਾ ਲੋਕਾਂ ਨਾਲ ਮਿਲ ਗਿਲ ਤੇ ਨਹੀਂ ਰਹੇ ਅਸੀਂ ਉਹਨਾਂ ਨੂੰ ਉਹਨਾਂ ਦੇ ਘਰਾਂ ਦੇ ਵਿੱਚ ਹੀ ਰਹਿਣ ਦੀ ਹਦਾਇਤ ਕਰਦੇ ਹਾਂ ਔਰ ਉਹਨਾਂ ਦੀ ਸਰਵੇਲੈਂਸ ਕਰਦੇ ਹਾਂ ਵੀ ਉਨੇ ਦਿਨ ਉਹ ਘਰ ਬਾਹਰ ਲੋਕਾਂ ਨੂੰ ਜ਼ਿਆਦਾ ਨਾ ਮਿਲਣ ਗਿਲਣ ਸੋ ਇਹਦੇ 'ਚ ਵੀ ਕਾਫੀ ਲੋਕਾਂ ਦਾ ਸਹਿਯੋਗ ਮਿਲਿਆ ਔਰ ਜਿਹਨਾਂ ਨੂੰ ਅਸੀਂ ਕਹਿ ਰਹੇ ਹਾਂ ਤੇ ਅੱਗੇ ਨਾਲੋਂ ਕੁਆਰੰਟਾਈਨ ਦੇ ਜਿਹੜੇ ਬ੍ਰੀਚ ਸੀਗੇ ਜੇ ਪਹਿਲੇ 100 ਦੇ ਵਿੱਚ ਸੀਗੇ ਹੁਣ ਤਕਰੀਬਨ ਪਿਛਲੇ ਸਮੇਂ 'ਚ 30-32 ਦੇ ਕਰੀਬ ਅਜੇ ਵੀ ਵਾਇਲੇਸ਼ਨਸ ਹੈਗੀਆਂ ਨੇ ਲੇਕਿਨ ਅੱਗੇ ਨਾਲੋਂ ਕਾਫੀ ਘਟੀਆਂ ਹੈਗੀਆਂ ਨੇ ਸੋ ਇਹ ਦੱਸਦਾ ਹੈ ਕਿ ਲੋਕ ਅੱਗੇ ਨਾਲੋਂ ਕਾਫੀ ਸੁਚੇਤ ਹੋ ਗਏ ਨੇ ਹੁਣ ਮੇਰੀ ਜਿਹੜੀ ਅਪੀਲ ਹੈ ਸਾਰਿਆਂ ਨੂੰ ਕਿਉਂਕਿ ਆਪਾਂ ਕਾਫੀ ਸਮੇਂ ਤੋਂ ਕੋਵਿਡ-19 ਦੇ ਨਾਲ ਜੂਝ ਰਹੇ ਹਾਂ ਔਰ ਆਪਾਂ ਨੂੰ ਹੁਣ ਤੱਕ ਕਾਫੀ ਹੱਦ ਤੱਕ ਪਤਾ ਲੱਗ ਚੁੱਕਾ ਹੈ ਕਿ ਆਪਾਂ ਕਿਹੜੀਆਂ ਕਿਹੜੀਆਂ ਪ੍ਰੀਕੋਸ਼ਨਸ ਲੈਣੀਆਂ ਨੇ ਚਾਹੇ ਉਹ ਮਾਸਕ ਹੈ ਸੈਨੇਟਾਈਜ਼ਿੰਗ ਹੈ ਹੱਥਾਂ ਦੀ ਔਰ ਸਭ ਤੋਂ ਜ਼ਿਆਦਾ ਧਿਆਨ ਦੇਣ ਦੀ ਲੋੜ ਹੈ ਸਾਡੇ ਬਜ਼ੁਰਗ ਔਰ ਸਾਡੇ ਬੱਚਿਆਂ ਵੱਲ ਮੇਰੀ ਅਪੀਲ ਜਿਹੜੇ ਸਾਡੇ ਕਿਉਂਕਿ ਹੁਣ ਲੋਕਡਾਊਨ ਦਾ ਪੀਰੀਅਡ ਖਤਮ ਹੋ ਗਿਆ ਹੈ ਜਿਹੜੇ ਦੁਕਾਨਦਾਰ ਜਿਹੜੇ ਸਾਡੇ ਇੰਪਲਾਈਜ਼ ਹੁਣ ਪਬਲਿਕ ਡੀਲਿੰਗ 'ਚ ਇਨਵੋਲਵਡ ਨੇ ਦੁਕਾਨਾਂ 'ਚ ਸਾਰਾ ਦਿਨ ਰਹਿੰਦੇ ਨੇ ਕਾਫੀ ਲੋਕਾਂ ਦੇ ਸੰਪਰਕ 'ਚ ਆਉਂਦੇ ਨੇ ਔਰ ਜਦੋਂ ਵਾਪਸ ਘਰ ਜਾਂਦੇ ਨੇ ਕਾਫੀ ਹੱਦ ਤੱਕ ਜਿਹੜਾ ਹੈ ਖਦਸ਼ਾ ਹੁੰਦਾ ਹੈ ਕਿ ਕਿਤੇ ਆਪਣੇ ਨਾਲ ਉਹ ਬਿਮਾਰੀ ਤੇ ਨਹੀਂ ਘਰ ਲੈ ਕੇ ਜਾ ਰਹੇ ਕਿਉਂਕਿ ਇੰਨੇ ਦਿਨ 'ਚ ਬੰਦੇ ਮਿਲਦੇ ਨੇ ਪਤਾ ਨਹੀਂ ਹੁੰਦਾ ਵੀ ਕਿਹਨੂੰ ਪ੍ਰੋਬਲਮ ਹੈ ਪਹਿਲੀ ਪ੍ਰੀਕੋਸ਼ਨ ਤੇ ਇਹ ਹੈ ਕਿ ਜਿੰਨਾ ਚਿਰ ਤੁਸੀਂ ਪਬਲਿਕ ਦੇ ਨਾਲ ਐਕਸਪੋਜ਼ਡ ਰਹਿੰਦੇ ਹੋ ਬਿਲਕੁਲ ਮਾਸਕ ਪਾ ਕੇ ਰੱਖੋ ਔਰ ਜਿਹੜਾ ਤੁਹਾਡੀ ਦੁਕਾਨ ਤੇ ਜਾਂ ਤੁਹਾਡੇ ਕੋਲ ਆਉਂਦਾ ਉਹਨੂੰ ਵੀ ਮਾਸਕ ਪਾਉਣ ਲਈ ਕਹੋ ਤਾਂ ਕਿ ਜੇ ਆਪਾਂ ਦੋਨੇ ਧਿਰਾਂ ਨੇ ਮਾਸਕ ਪਾਇਆ ਹੈਗਾ ਤੇ ਬਿਮਾਰੀ ਦਾ ਆਦਾਨ ਪ੍ਰਦਾਨ ਹੋਣ 'ਚ 80-90% ਜਿਹੜੀ ਹੈ ਇਹ ਗਰੰਟੀ ਹੈ ਕਿ ਇੱਕ ਦੂਜੇ ਤੋਂ ਨਹੀਂ ਹੁੰਦਾ ਲੇਕਿਨ ਜੇ ਅਸੀਂ ਦੋਨਾਂ ਨੇ ਹੀ ਇਸ ਚੀਜ਼ ਦੀ ਪ੍ਰੀਕੋਸ਼ਨ ਨਹੀਂ ਲਈ ਤੇ ਫਿਰ ਇਹ ਕਿਤੇ ਨਾ ਕਿਤੇ ਜਿਹੜਾ ਹੈ ਜ਼ਰੂਰ ਇੱਕ ਦੂਜੇ ਤੋਂ ਟਰਾਂਸਮਿਟ ਕੋਵਿਡ-19 ਹੋ ਜਾਂਦਾ ਔਰ ਜਦੋਂ ਤੁਸੀਂ ਘਰ ਵਾਪਸ ਜਾਂਦੇ ਹੋ ਤੁਸੀਂ ਆਪਣੇ ਜਿਹੜੇ ਘਰ ਬਜ਼ੁਰਗ ਮਾਂ ਬਾਪ ਬੈਠੇ ਨੇ ਕਿਸੇ ਨੂੰ ਹਾਰਟ ਦੀ ਪ੍ਰੋਬਲਮ ਹੈ ਕਿਸੇ ਨੂੰ ਕਿਡਨੀ ਦੀ ਪ੍ਰੋਬਲਮ ਹੈ ਕਿਸੇ ਨੂੰ ਪਹਿਲਾਂ ਹੀ ਸਾਹ ਦੀ ਕੋਈ ਤਕਲੀਫ ਹੈਗੀ ਹੈ ਕੋਈ ਵੈਸੇ ਹੀ ਦਵਾਈਆਂ ਜ਼ਿਆਦਾ ਸਮਾਂ ਖਾ ਕੇ ਉਹਦੀ ਆਪਣੀ ਇਮਿਊਨਿਟੀ ਕਾਫੀ ਘੱਟ ਚੁੱਕੀ ਹੈ ਅਸੀਂ ਉਹਨਾਂ ਦਾ ਵੀ ਖਿਆਲ ਰੱਖਣਾ ਹੈ ਜ਼ਰੂਰ ਤੁਸੀਂ ਜਦੋਂ ਘਰ ਜਾਓ ਇੱਕ ਤੇ ਆਪਣੇ ਘਰਦਿਆਂ ਨਾਲ ਸਿੱਧਾ ਸੰਪਰਕ ਨਾ ਕਰੋ ਪਹਿਲਾਂ ਜ਼ਰੂਰ ਆਪਣੇ ਕੱਪੜੇ ਚੇਂਜ ਕਰਕੇ ਨਹਾ ਧੋ ਕੇ ਫਿਰ ਆਪਣੇ ਘਰ ਵਾਲਿਆਂ ਨੂੰ ਮਿਲੋ ਔਰ ਕੋਸ਼ਿਸ਼ ਕਰੋ ਵੀ ਘਰਾਂ 'ਚ ਵੀ ਜੇ ਆਪਾਂ ਸੋਸ਼ਲ ਡਿਸਟੈਂਸਿੰਗ ਖਾਸ ਕਰਕੇ ਉਸ ਵਿਅਕਤੀ ਨਾਲ ਜ਼ਰੂਰ ਰੱਖੀਏ ਜਿਹੜਾ ਰੋਜ਼ ਪਬਲਿਕ ਨਾਲ ਐਕਸਪੋਜ਼ਡ ਆਉਂਦਾ ਹੈ ਕਿਉਂਕਿ ਉਹਦੇ ਨਾਲ ਹੀ ਸਾਡੇ ਬਜ਼ੁਰਗਾਂ ਦਾ ਔਰ ਸਾਡੇ ਬੱਚਿਆਂ ਦਾ ਬਚਾਅ ਹੈਗਾ ਔਰ ਕਿਉਂਕਿ ਪਿੱਛੇ ਜੇ ਦੇਖਣ 'ਚ ਆਇਆ ਕਿ ਜਦੋਂ ਇੱਕ ਬੰਦਾ ਇਨਫੈਕਟ ਹੋ ਰਿਹਾ ਹੈ
ਉਹ ਪੂਰੇ ਦੇ ਪੂਰੇ ਪਰਿਵਾਰ ਨੂੰ ਨਾਲ ਇਨਫੈਕਟ ਕਰ ਰਿਹਾ, ਜਿਸ ਤਰ੍ਹਾਂ ਪਿੱਛੇ ਮੈਂ ਦੱਸਿਆ 8-8, 9-9 ਇੱਕੋ ਹੀ ਫੈਮਿਲੀ ਦੇ ਆਏ ਨੇ। ਸੋ ਕਿਤੇ ਨਾ ਕਿਤੇ ਪਤਾ ਲੱਗਦਾ ਕਿ ਉਸ ਫੈਮਿਲੀ ਦੇ ਵਿੱਚ ਜਦੋਂ ਇੱਕ ਬੰਦਾ ਬਿਮਾਰ ਹੋਇਆ ਤੇ ਕਿਤੇ ਨਾ ਕਿਤੇ ਉਹਨੇ ਇਸ ਗੱਲ ਦੀ ਧਿਆਨ ਨਹੀਂ ਰੱਖਿਆ ਔਰ ਉਹ ਬਿਮਾਰੀ ਸਾਰੇ ਪਰਿਵਾਰ 'ਚ ਫੈਲ ਗਈ ਹੈ। ਸੋ ਇਸ ਗੱਲ ਦੀ ਆਪਾਂ ਥੋੜਾ ਜਿਹਾ ਸੁਚੇਤ ਰਹੀਏ, ਕਿਉਂਕਿ ਜੇ ਬਿਮਾਰੀ ਹੁੰਦੀ ਵੀ ਹੈ ਤਾਂ ਆਪਾਂ ਕੋਸ਼ਿਸ਼ ਕਰੀਏ ਵੀ ਜਿਹੜੀ ਇਹ ਬਿਮਾਰੀ ਹੈ ਵੱਧ ਤੋਂ ਵੱਧ ਜਿਹੜਾ ਹੈ, ਜੇ ਇੱਕ ਬੰਦਾ ਉਸ ਤੋਂ ਗ੍ਰਸਤ ਹੋ ਗਿਆ ਤੇ ਉਹ ਆਪਣੇ ਦੂਸਰੇ ਪਰਿਵਾਰਕ ਮੈਂਬਰਾਂ ਤੱਕ ਉਹਨੂੰ ਨਾ ਪਹੁੰਚਾਵੇ। ਖਾਸ ਕਰਕੇ ਬਜ਼ੁਰਗ ਔਰ ਬੱਚਿਆਂ ਨੂੰ ਆਪਾਂ ਜ਼ਰੂਰ ਇਸ ਚੀਜ਼ ਤੋਂ ਜਿਹੜਾ ਹੈ ਇਹਨਾਂ ਦਾ ਵਿਚਾਰ ਰੱਖੀਏ। ਸੋ ਇਸੇ ਤਰੀਕੇ ਨਾਲ ਹਰ ਹਫ਼ਤੇ ਕੋਸ਼ਿਸ਼ ਕਰਾਂਗੇ ਕਿ ਤੁਹਾਨੂੰ ਅਪਡੇਟ ਵੀ ਦਿੰਦੇ ਰਹੀਏ, ਤੁਹਾਡੇ ਰੂਬਰੂ ਹੁੰਦੇ ਰਹੀਏ, ਔਰ ਜਿਹੜੀਆਂ ਵੀ ਕੋਈ ਨਵੀਆਂ ਹਦਾਇਤਾਂ ਨੇ ਜਾਂ ਕੋਈ ਐਸੀ ਜ਼ਰੂਰੀ ਚੀਜ਼ ਹੈ ਜਿਹੜੀ ਤੁਹਾਨੂੰ ਦੱਸਣ ਵਾਲੀ ਹੈ ਉਹ ਜ਼ਰੂਰ ਦੱਸਦੇ ਰਹੀਏ। ਬਾਕੀ ਚਲਾਨਿੰਗ ਪੁਲਿਸ ਵੱਲੋਂ ਸਖਤੀ ਨਾਲ ਕੀਤੀ ਜਾ ਰਹੀ ਹੈ। ਮੇਰੀ ਸਾਰੇ ਯੰਗਸਟਰਸ ਨੂੰ, ਸਾਰਿਆਂ ਨੂੰ ਬੇਨਤੀ ਹੈ ਕਿ ਮਾਸਕ ਪਾ ਕੇ ਜਾਓ, ਟ੍ਰਿਪਲ ਰਾਈਡਿੰਗ ਜਾਂ ਇਹ ਚੀਜ਼ਾਂ ਦਾ ਜਿਹੜਾ ਹੈ ਪਰਹੇਜ਼ ਕਰੋ, ਔਰ ਬਾਹਰ ਸੱਥਾਂ 'ਚ ਬੈਠਣਾ, ਇਕੱਠੇ ਜ਼ਿਆਦਾ ਗੱਲਾਂ ਬਾਤਾਂ ਝੁੰਡ 'ਚ ਮਾਰਨੀਆਂ, ਇਹਨਾਂ ਚੀਜ਼ਾਂ ਦਾ ਵਿਚਾਰ। ਧੰਨਵਾਦ। ਜੈ ਹਿੰਦ। ਆਪਣਾ ਔਰ ਆਪਣੇ ਪਰਿਵਾਰ ਦਾ ਧਿਆਨ ਰੱਖੋ।